ਤੁਸੀਂ ਤੇ ਮੈਰਿਡ ਹੋ ਤੁਸੀਂ ਗੁਰਨਾਮ ਨੂੰ ਕੋਈ ਐਡਵਾਈਸ ਦਿਓ ਕਿ ਤੂੰ ਇਹ ਰਿਲੇਸ਼ਨਸ਼ਿਪ ਚ ਕਰੇ ਰਿਲੇਸ਼ਨਸ਼ਿਪ ਸਕਸੈਸਫੁਲ ਹੋ ਜਾਣਾ ਨੋ ਆਈ ਡੋਨਟ ਨੋ ਆਈ ਜਸਟ ਥਿੰਕ ਕਿ ਫੀਮੇਲਸ ਜੋ ਨੇ ਉਹ ਬੈਲੈਂਸ ਕਰਦੇ ਹੋ ਕਰ ਨੂੰ ਰੱਖਦੀਆਂ ਰਿਲੇਸ਼ਨਸ਼ਿਪਸ ਨੂੰ ਰੱਖਦੀਆਂ ਨੇ ਐਂਡ ਆਈ ਥਿੰਕ ਮੈਨ ਹੈਵ ਈਗੋਸ ਇੱਕ ਤਾਂ ਸੌਰੀ ਨਹੀਂ ਕਹਿ ਸਕਦੇ ਮੇਰੇ ਹਸਬੈਂਡ ਨੇ ਅੱਜ ਤੱਕ ਸੌਰੀ ਨਹੀਂ ਕਿਹਾ ਮੈਨੂੰ ਕੁਛ ਲੈ ਦੇਣਗੇ ਗਿਫਟ ਜਾਂ ਕੁਛ ਆਈ ਡੋਨਟ ਨੋ ਸਮਥਿੰਗ ਬਟ ਆਈ ਲਾਈਕ ਬਟ ਆਮ ਲਾਈਕ ਸੌਰੀ ਇਜ਼ ਦੇਅਰ ਐਨੀ ਸੌਰੀ ਹੇਅਰ ਯੂ ਨੋ ਵਟ ਆਈ ਮੀਨ ਸੋ ਆਈ ਥਿੰਕ ਇਹ ਜੇ ਬੰਦੇ ਸਿੱਖ ਜਾਣਗੇ ਮਤਲਬ ਤੁਸੀਂ ਦੇਖ ਲਓ ਤੁਸੀਂ ਸੌਰੀ ਚੂਜ਼ ਕਰਨੀ ਹੈ ਕਿ ਜੇਬ 'ਚ ਜਿਹੜਾ ਭਾਰ ਪੈਂਦਾ ਹੈ ਗਿਫਟ ਦਾ ਤੁਸੀਂ ਉਹ ਚੂਜ਼ ਕਰਨਾ ਹੈ ਤਾਂ ਹੀ ਤਾਂ ਮੈਂ ਕਿਹਾ ਵੀ ਮੈਂ ਵਿਆਹ ਨਹੀਂ ਕਰਾਉਣਾ ਪਰ ਉਹ ਤਾਂ ਚਲੋ ਹੋ ਹੀ ਜਾਣਾ ਆ ਇੱਕ ਨਾ ਇੱਕ ਦਿਨ ਹੈ ਨਾ ਆਈ ਡੋਨਟ ਨੋ ਪਤਾ ਨਹੀਂ ਆਈ ਮੀਨ ਇਟਸ ਲਾਈਕ ਡਿਫਰੈਂਟ ਜਨਰੇਸ਼ਨ ਜ਼ਰੂਰੀ ਵੀ ਨਹੀਂ ਹੋ ਗਿਆ ਮਤਲਬ ਇਹ ਤਾਂ ਕੁਝ ਇੰਪੋਰਟੈਂਸ ਤਾਂ ਹੈ ਨਹੀਂ ਪਰ ਕਦੀ ਇਦਾਂ ਲੱਗਦਾ ਕਿ ਵਿਆਹ ਯਾਰ ਇਸ ਏਜ ਤੇ ਦੇਖ ਲਓ ਸਲਾਹ ਨਹੀਂ ਮੈਂ ਕਹਿ ਰਹੀ ਹਾਂ ਜੇ ਕੋਈ ਮਤਲਬ ਮੇਰੀ ਰਿਲੇਸ਼ਨਸ਼ਿਪ ਦੇਖੇ ਆ ਯੂ ਨੋ ਆਈ ਐਮ ਨਾਟ ਆਈ ਐਮ ਬਲੈਸਡ ਫਰ ਮਾਈਨ ਬਟ ਲਾਈਕ ਜਿੰਨੀ ਵੀ ਮੈਂ ਆਪਦੇ ਫਰੈਂਡਸ ਫੈਮਿਲੀ ਵਿੱਚ ਦੇਖਿਆ ਵਿਆਹ ਨਾ ਕਰਾਇਓ ਨਹੀਂ ਦੀਦੀ ਵੀ ਕਿਹਾ ਸੀ ਚਲੋ ਤਾਂ ਘੱਟ ਤੇ ਜਿੰਨਾ ਬਚ ਸਕਦੇ ਹੋ ਬੱਚਾ ਸੋ ਇਹ ਜ਼ਰੂਰੀ ਨਹੀਂ ਬਟ ਓਬਵੀਅਸਲੀ ਇਫ ਯੂ ਫਾਈਂਡ ਸਮਬਡੀ ਦੈਟ ਯੂ ਰੀਲੀ ਕਨੈਕਟ ਵਿਦ ਵਿਆਹ ਕਰਾਓ ਬਸ ਕਿਸੇ ਪ੍ਰੈਸ਼ਰ ਵਿੱਚ ਆ ਕੇ ਨਹੀਂ ਕਿ ਨਹੀਂ ਵਿਆਹ ਸਾਰਿਆਂ ਦੇ ਵਿਆਹ ਹੋ ਗਿਆ ਮੈਨੂੰ ਵੀ ਵਿਆਹ ਕਰਾਉਣਾ ਚਾਹੀਦਾ ਹੈ ਦੈਟਸ ਸਟੂਪਿਡ ਰੀਜ਼ਨ